ਫਰੀਦਕੋਟ ਦੇ ਵਿੱਚ ਭਾਈ ਕਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਂਟਿੰਗਸ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੇ ਵਿੱਚ 4 ਜ਼ਿਲ੍ਹਿਆਂ ਦੇ 250 ਦੇ ਕਰੀਬ ਸਕੂਲੀ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਤੇ ਬੱਚਿਆਂ ਦੇ ਵੱਲੋਂ ਪੇਂਟਿੰਗ ਦੇ ਜ਼ਰੀਏ ਪੂਰੀ ਦੁਨੀਆ ਨੂੰ ਵਾਤਾਵਰਣ ਬਚਾਉਣ ਲਈ ਵੱਡਾ ਸੁਨੇਹਾ ਦਿੱਤਾ ਗਿਆ। ਬੱਚਿਆਂ ਨੇ ਇਹਨਾਂ ਮੁਕਾਬਲਿਆਂ ਰਾਹੀਂ ਇੱਥੋਂ ਤੱਕ ਨਸੀਹਤ ਦੇ ਦਿੱਤੀ ਕਿ ਜੇਕਰ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਇਸ ਯੁੱਗ ਦੇ ਵਿੱਚ ਹੁੰਦੇ ਤਾਂ ਉਹਨਾਂ ਦੀਆਂ ਵੀ ਅੱਖਾਂ ਦੇ ਵਿੱਚੋਂ ਅੱਥਰੂ ਬਾਹਰ ਆ ਜਾਂਦੇ। ਬੱਚਿਆਂ ਨੇ ਕਿਹਾ ਕਿ ਵਾਤਾਵਰਣ ਬਹੁਤ ਹੀ ਗੰਦਲਾ ਹੋ ਚੁੱਕਿਆ ਹੈ ਅਤੇ ਹੁਣ ਇਸ ਨੂੰ ਸਾਫ਼ ਸੁਥਰਾ ਰੱਖਣ ਦੀ ਲੋੜ ਹੈ। ਇਸ ਮੌਕੇ ਤੇ ਭਾਈ ਕਨਈਆ ਕੈਂਸਰ ਰੋਕੋ ਸੁਸਾਇਟੀ ਦੇ ਪ੍ਰਧਾਨ ਵੀ ਮੌਜੂਦ ਸਨ, ਜਿਨ੍ਹਾਂ ਨੇ ਸਮਾਗਮ ਦੇ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਦੇ ਸਮੇਤ ਮੁੱਖ ਮਹਿਮਾਨਾਂ ਦਾ ਵੀ ਧੰਨਵਾਦ ਕੀਤਾ। ਮੈਂ ਸ਼ਹੀਦ ਗੰਜ ਪਬਲਿਕ ਸਕੂਲ ਦਾ ਵਿਦਿਆਰਥੀ ਹਾਂ। ਮੇਰਾ ਨਾਮ ਜਗਜੀਤ ਸਿੰਘ ਹੈ ਜੀ। ਮੈਂ ਹੀ ਅੱਜ ਦੇ ਟੋਪਿਕ ਤੋਂ ਦੱਸ ਰਿਹਾ ਕਿ ਅੱਜ ਉਹ ਟੋਪਿਕ ਸੀਗਾ ਜੀ, ਉਹਦੇ ਰਿਲੇਟਡ ਮੈਂ ਬਣਾਇਆ ਸੀਗਾ ਜੀ। ਜਾਣੀ ਕਿ ਗੁਰੂ ਨਾਨਕ ਦੇਵ ਜੀ ਇੱਥੇ ਹੁੰਦੇ ਅੱਜ ਦੇ ਯੁੱਗ ਵਿੱਚ, ਤਾਂ ਉਹਨਾਂ ਨੇ ਰੋ ਪੈਣਾ ਸੀਗਾ ਜੀ ਮੇਰਾ ਅੱਜ ਹੈ ਕੀ, ਇਹ ਧਰਤੀ ਬਣਾਈ ਕੀ ਪਈ ਹੈ ਜੀ ਮੇਰੀ, ਇੰਨੀ ਸੋਹਣੀ ਮੇਰੀ ਪਹਿਲਾਂ ਧਰਤੀ ਦੇ ਪੋਲਿਊਸ਼ਨ ਨਾਲ ਗੰਦਗੀ ਨਾਲ ਕਿੰਨੀ ਉਹ ਬਣਾਤੀ ਹੈ ਜੀ ਖਰਾਬ। ਮੇਰਾ ਨਾਮ ਜੀ ਅਮਰਿੰਦਰ ਸਿੰਘ। ਅੱਜ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਚਿੱਤਰਕਲਾ ਮੁਕਾਬਲੇ ਹੋਏ ਸੀ ਅਤੇ ਬਹੁਤ ਸੰਖਿਆ ਵਿੱਚ ਇੱਥੇ ਬੱਚਿਆਂ ਨੇ ਵੇਖ ਸਕਦੇ ਹਾਂ ਵੀ ਆਪਾਂ ਭਾਗ ਲਿਆ। ਮੇਰਾ ਨਾਮ ਅਮਰਿੰਦਰ ਸਿੰਘ ਅਤੇ ਮੈਂ 12ਵੀਂ ਜਮਾਤ ਦਾ ਵਿਦਿਆਰਥੀ ਹਾਂ। ਮੈਂ ਮੁਕਤਸਰ ਸਾਹਿਬ ਤੋਂ ਆਇਆ ਇੱਥੇ ਭਾਗ ਲੈਣ ਚਿੱਤਰਕਲਾ ਮੁਕਾਬਲੇ ਵਿੱਚ, ਅਤੇ ਸਾਡੇ ਵਾਤਾਵਰਣ ਨੂੰ ਲੈ ਕੇ ਜਿਹੜੇ ਅੱਜ ਚਿੱਤਰਕਲਾ ਮੁਕਾਬਲੇ ਹੋਏ ਨੇ ਵੀ ਵਾਤਾਵਰਨ ਸਾਨੂੰ ਬਚਾਉਣਾ ਚਾਹੀਦਾ, ਸਾਨੂੰ ਇਸ ਨੂੰ ਨਸ਼ਟ ਨਹੀਂ ਕਰਨਾ ਚਾਹੀਦਾ। ਇਸ ਨੂੰ ਸਮਰਪਿਤ ਅੱਜ ਜਿਹੜੇ ਚਿੱਤਰਕਲਾ ਮੁਕਾਬਲੇ ਹੋਏ ਹਨ ਸਾਡੇ, ਮੈਂ ਵੀ ਭਾਗ ਲਿਆ ਅੱਜ। ਬੱਚਿਆਂ ਨੂੰ ਇਹ ਸੰਦੇਸ਼ ਹੈ ਵੀ ਅੱਜ ਆਪਣਾ ਵਾਤਾਵਰਨ ਬਹੁਤ ਖਰਾਬ ਹੋ ਰਿਹਾ, ਅਸੀਂ ਦੇਖ ਵੀ ਰਹੇ ਹਾਂ ਵੀ ਥੋੜ੍ਹੇ ਦਿਨਾਂ 'ਚ ਹੋਏ ਨੇ, ਦੀਵਾਲੀ ਵੀ ਸੀਗੀ ਤਾਂ ਕਈ ਲੋਕਾਂ ਨੇ ਬਹੁਤ ਲੋਕਾਂ ਨੇ ਨਹੀਂ ਵੀ ਚਲਾਏ ਪਰ ਪਟਾਕੇ ਬਹੁਤ ਲੋਕਾਂ ਨੇ ਚਲਾਏ ਵੀ ਨੇ, ਅਤੇ ਜਿਹਦੇ ਕਾਰਨ ਵੀ ਸਾਨੂੰ ਨਤੀਜਾ ਦੇਖ ਰਿਹਾ। ਸਾਡੇ ਆਸ ਪਾਸ ਬਹੁਤ ਧੂੰਆਂ ਜੋ ਫੈਲਿਆ ਹੋਇਆ, ਇਹ ਸਾਡੇ ਲਈ ਹਾਨੀਕਾਰਕ ਹੈ, ਤਾਂ ਇਸੇ ਕਰਕੇ ਵਾਤਾਵਰਨ ਨੂੰ ਬਚਾਓ ਅਤੇ ਘੱਟ ਤੋਂ ਘੱਟ ਜਿਹੜਾ ਐਸੀਆਂ ਚੀਜ਼ਾਂ ਜਿਹੜੀਆਂ ਵਾਤਾਵਰਨ ਨੂੰ ਨਸ਼ਟ ਕਰਦੀਆਂ ਉਹਨਾਂ ਦਾ ਪ੍ਰਯੋਗ ਕਰੋ, ਵੱਧ ਤੋਂ ਵੱਧ ਰੁੱਖ ਲਗਾਓ। ਇਹਦੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਸਮਰਪਿਤ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਬਲਿਹਾਰੀ ਕੁਦਰਤ ਵਸਿਆ ਦੇ ਵਿਸ਼ੇ 'ਤੇ ਸਕੂਲੀ ਬੱਚਿਆਂ ਦੀ ਵਾਤਾਵਰਣ ਅਤੇ ਚਿੱਤਰ ਕਲਾ ਦਾ ਅੱਜ ਹੈਗਾ ਮੁਕਾਬਲਾ, ਜਿਸ ਦੇ ਵਿੱਚ 250 ਤੋਂ ਲਗਭਗ ਬੱਚੇ ਸਕੂਲਾਂ ਵੱਖ ਵੱਖ ਸਕੂਲਾਂ 'ਚ ਪਹੁੰਚੇ ਹੋਏ ਆ ਅਤੇ ਜੋ ਆਪਣੀ ਕਲਾ ਦਾ ਜ਼ਹਿਰ ਦਿਖਾ ਰਹੇ ਨੇ। ਮਤਲਬ ਜਿਹੜਾ ਹੁਣ ਆਪਣਾ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ, ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਾਗਰੂਕ ਕਰਨ ਵਾਸਤੇ ਗੁਰੂ ਸਾਹਿਬ ਦੇ ਯਾਦ ਦੇ ਵਿੱਚ ਇਹ ਸਮਾਗਮ ਕੀਤਾ ਜਾ ਰਿਹਾ। ਅਸੀਂ ਆਸ ਕਰਦੇ ਹਾਂ ਵੀ ਪੰਜਾਬ ਦਾ ਜਿਹੜਾ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਨ ਬਚਾਉਣ ਦੇ ਲਈ, ਇਹ ਆਉਣ ਵਾਲੀ ਜਿਹੜੀ ਪੀੜ੍ਹੀ ਆ ਸਾਡੀ ਇਹ ਅਹਿਮ ਯੋਗਦਾਨ ਪਾ ਸਕਦੀ ਆ। ਇਸੇ ਕਰਕੇ ਹੀ ਬਲਿਹਾਰੀ ਕੁਦਰਤ ਵਸਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਵਿਸ਼ੇ ਦੇ ਬੱਚੇ ਆਪਣੀ ਕਲਾ ਦਾ ਜ਼ੋਰ ਦਿਖਾ ਰਹੇ ਨੇ। ਇਹ ਕਾਫੀ ਸਕੂਲਾਂ ਤੋਂ ਵੀਰ ਜੀ ਆਏ ਨੇ, ਆਪਣੇ ਫਰੀਦਕੋਟ ਮੋਗੇ ਜ਼ਿਲ੍ਹੇ 'ਚ ਵੀ ਆਏ ਆ, ਮੁਕਤਸਰ ਤੋਂ ਵੀ ਪਰੇ ਦੇ ਬੱਚੇ ਨੇ ਇਸ ਵਿੱਚ ਭਾਗ ਲਿਆ, ਇਹ ਖੁੱਲ੍ਹਾ ਬਠਿੰਡੇ ਜ਼ਿਲ੍ਹੇ ਤੋਂ ਵੀ ਬੱਚੇ ਆਏ ਹੋਏ ਨੇ, ਇਹ ਵੱਖ ਵੱਖ ਜ਼ਿਲ੍ਹਿਆਂ ਤੋਂ ਬੱਚੇ ਆਏ ਹੋਏ ਨੇ। ਖੁੱਲ੍ਹਾ ਸੀਗਾ ਇਹਨਾਂ ਦੇ, ਮਤਲਬ 5ਵੀਂ ਤੋਂ ਲੈ ਕੇ 8ਵੀਂ ਤੱਕ, 8ਵੀਂ ਤੋਂ 12ਵੀਂ, 12ਵੀਂ ਤੋਂ BA ਜਾਂ ਮਤਲਬ ITI ਜਿਹੜੇ ਬੱਚੇ ਕਰ ਰਹੇ ਆ, ਅਤੇ ਸਪੈਸ਼ਲ ਬੱਚਿਆਂ ਨੇ ਵੀ ਇਸ ਦੇ ਵਿੱਚ ਭਾਗ ਲਿਆ ਜੀ। ਅੱਜ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਸੰਬੰਧ ਦੇ ਵਿੱਚ ਇੱਥੇ ਭਾਈ ਕਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਸਾਡੀਆਂ ਕਈ ਹੋਰ ਪ੍ਰਤਿਸ਼ਠਿਤ ਜਿਹੜੀਆਂ ਸਾਡੀਆਂ ਸੰਸਥਾਵਾਂ ਉਹਨਾਂ ਵੱਲੋਂ ਸਾਂਝੇ ਤੌਰ 'ਤੇ ਇੱਕ ਬੱਚਿਆਂ ਦਾ ਬਲਿਹਾਰੀ ਕੁਦਰਤ ਵਸਿਆ ਦਾ ਜਿਹੜਾ ਸੁਨੇਹਾ ਬਾਬੇ ਨਾਨਕ ਦਾ, ਉਹਦੇ 'ਤੇ ਇੱਕ ਪੇਂਟਿੰਗ ਕੰਪੀਟੀਸ਼ਨ ਕਰਾਇਆ ਗਿਆ ਔਰ ਜਿਹਦੇ ਵਿੱਚ ਉਚੇਚੇ ਤੌਰ 'ਤੇ ਸਾਡੇ ਭੈਣ ਜੀ ਜੋਤੀ ਜੀ ਜਿਹੜੇ ਕਿ ਸਾਡੇ ਕੁਮਾਰ ਸੌਰਵ ਰਾਜ ਹੋਰਾਂ ਦੇ ਧਰਮ ਪਤਨੀ ਨੇ, ਉਹ ਵੀ ਇੱਥੇ ਆਏ ਆ ਔਰ ਸਾਡੇ ਪ੍ਰਧਾਨ ਜੀ ਗੁਰਪ੍ਰੀਤ ਸਿੰਘ ਚੰਦਬਾਜਾ ਇਹ ਵੀ ਸਾਡੇ ਨਾਲ ਇੱਥੇ ਸ਼ਮੂਲੀਅਤ ਕੀਤੀ ਔਰ ਬੱਚਿਆਂ ਦਾ ਉਤਸ਼ਾਹ ਦੇਖ ਕੇ ਔਰ ਬੱਚਿਆਂ ਦੀ ਸਮਝ ਦੇਖ ਕੇ ਮੈਨੂੰ ਐਂ ਲੱਗਦਾ ਵੀ ਕਿਤੇ ਨਾ ਕਿਤੇ ਜਦੋਂ ਅਸੀਂ ਵੱਡੇ ਹੋ ਜਾਂਦੇ ਉਦੋਂ ਅਸੀਂ ਜ਼ਿਆਦਾ ਨਿਰਦਈ ਕਰੂਅਲ ਹੋ ਜਾਂਦੇ ਹਾਂ, ਤਾਂ ਅਸੀਂ ਆਪਦੀ ਕੁਦਰਤ ਦਾ ਵੀ ਕੋਈ ਪ੍ਰਵਾਹ ਨਹੀਂ ਕਰਦੇ, ਗੁਰਬਾਣੀ ਕੀ ਸੁਨੇਹਾ ਦਿੰਦੀ ਉਹਦਾ ਵੀ ਕੋਈ ਪ੍ਰਵਾਹ ਨਹੀਂ ਕਰਦੇ, ਲੇਕਿਨ ਬੱਚੇ ਜਿਸ ਤਰ੍ਹਾਂ ਗੁਰਬਾਣੀ ਦੇ ਸੁਨੇਹੇ ਨੂੰ, ਔਰ ਇੱਕ ਬੱਚੇ ਨੇ ਇੱਥੇ ਪੈਨਸਲ ਆਰਟ ਬਣਾਇਆ ਉਹਦੇ 'ਚ ਉਹਨੇ ਦਿਖਾਇਆ ਬਾਬਾ ਨਾਨਕ, ਹੈਰਾਨ ਹੋ ਰਿਹਾ ਦੇਖ ਕੇ
ਵੀ ਆਹ ਮੇਰੀ ਧਰਤੀ ਦਾ ਜਿਹਦੇ ਵਾਸਤੇ ਮੈਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਾ ਸੁਨੇਹਾ ਦਿੱਤਾ ਸੀ ਇਹਦਾ ਕੀ ਹਾਲ ਕਰਤਾ। ਸੋ ਇਹ ਬੜੇ ਸੰਵੇਦਨਸ਼ੀਲ ਮਲ ਨੇ ਔਰ ਬੜਾ ਵਧੀਆ ਉਪਰਾਲਾ ਕੀਤਾ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨੇ। ਮੈਂ ਇਹਨਾਂ ਨੂੰ ਵਧਾਈ ਦਿੰਦਾ, ਸਾਡੀ ਸੁਸਾਇਟੀ ਨੂੰ ਔਰ ਪਰਮਾਤਮਾ ਇਹਨਾਂ ਨੂੰ ਇਸੇ ਤਰ੍ਹਾਂ ਹੀ ਵਾਤਾਵਰਨ ਨੂੰ ਬਚਾਉਣ ਦੀ ਲੜਾਈ ਲੜਨ ਦੀ ਸਮਰੱਥਾ ਬਖਸ਼ੇ ਔਰ ਇਹਦੇ 'ਤੇ ਜਿੱਤ ਪਾਉਣ ਦੀ ਦਾ ਬਲ ਬਖਸ਼ੇ। ਅੱਜ ਇਹ ਕੰਪਟੀਸ਼ਨ ਜੋ ਕਰਾਇਆ ਗਿਆ ਹੈ ਪੇਂਟਿੰਗ ਕੰਪਟੀਸ਼ਨ ਬੱਚੋਂ ਕਾ, ਇਹ ਮਤਲਬ ਬਹੁਤ ਹੀ ਕਿਆ ਕਹਿੰਦੇ ਹੈ ਮਾਨਯ ਸੰਸਥਾਓ ਔਰ ਕਿਆ ਕਹਿੰਦੇ ਐਨ ਜੀ ਓ ਕੇ ਥਰੂ ਸਭ ਨੇ ਮਿਲ ਕੇ ਕਰਵਾਇਆ ਹੈ ਔਰ ਯਹਾਂ ਪੇ ਸਭੀ ਬੱਚੇ ਬਹੁਤ ਦੂਰ ਦੂਰ ਸੇ ਆਏ ਹੈ, ਉਹਨੇ ਬਹੁਤ ਹੀ ਮਤਲਬ ਮਨ ਸੇ ਯਹਾਂ ਪੇ ਆ ਕੇ ਪਾਰਟੀਸਪੇਟ ਕੀਆ ਹੈ ਔਰ ਬੱਚੋਂ ਨੇ ਬਹੁਤ ਹੀ ਸੁੰਦਰ ਸੁੰਦਰ ਆਕ੍ਰਿਤੀਆਂ ਬਣਾਈ ਹੈ ਔਰ ਅੱਜ ਹਮਾਰੇ ਉੱਪਰ ਜੋ ਪੋਲੂਸ਼ਨ ਹੈ ਪ੍ਰਦੂਸ਼ਣ ਹੈ ਉਸਕੇ ਉੱਪਰ ਉਹਨੇ ਡਿਟੇਲ ਮੇ ਪਿਕਚਰਸ ਬਣਾਈ ਹੈ, ਸੇਡਿੰਗਸ ਬਣਾਈ ਹੈ, ਸੇਡਿੰਗਸ ਮੇ ਬਣਾਇਆ ਹੈ ਉਹਨੇ ਔਰ ਕਲਰਸ ਮੇ ਵੀ ਯਹੀ ਸ਼ੋ ਕੀਆ ਹੈ ਕਿ ਹਮਾਰਾ ਅੱਜ ਕੱਲ੍ਹ ਕਾ ਵਾਤਾਵਰਨ ਬਹੁਤ ਪ੍ਰਦੂਸ਼ਿਤ ਹੋਤਾ ਜਾ ਰਹਾ ਹੈ, ਸਾਂਸ ਲੈਣੀ ਕਿ ਇਸਮੇ ਦਿੱਕਤ ਆ ਰਹੀ ਹੈ ਔਰ ਪੇੜ ਕਾਟਨੇ ਕੇ ਉੱਪਰ ਵੀ ਜ਼ੋਰ ਦਿਆ ਗਿਆ ਪੇੜੋ ਕੋ ਨਾ ਕਾਟਾ ਜਾਏ ਔਰ ਕਿਆ ਕਹਿੰਦੇ ਹੈ ਪੇੜੋ ਕੋ ਬਚਾਇਆ ਜਾਏ ਔਰ ਜ਼ਿਆਦਾ ਤੋਂ ਜ਼ਿਆਦਾ ਪੇੜ ਲਗਾਇਆ ਜਾਏ। ਫਰੀਦਕੋਟ ਤੋਂ ਜਗਤਾਰ ਦੋਸਾਂਝ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ ਐਨ ਆਰ ਆਈ।